ਇੰਟਰਫੇਥ ਐਸੋਸੀਏਸ਼ਨ ਅਤੇ ਆਸਟ੍ਰੇਲੀਆ ਦੀ ਮਹਾਰਾਣੀ ਦੇ ਸੱਦੇ ਉੱਪਰ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਹਿੱਤ ਸਮਾਗਮ ਫਰਾਂਸ ਦੇ ਸ਼ਹਿਰ ਫਰਥੂਮ ਕੈਲੇ ਵਿਖੇ ਕਰਵਾਇਆ ਗਿਆ, ਜਿਸ ਵਿੱਚ ਭਾਰਤੀ ਭਾਈਚਾਰੇ ਵੱਲੋਂ ਕੁਲਵਿੰਦਰ ਸਿੰਘ ਫਰਾਂਸ ਅਤੇ ਇਕਬਾਲ ਸਿੰਘ ਭੱਟੀ ਅਤੇ ਸਾਥੀਆਂ ਦਾ ਡੈਲੀਗੇਸ਼ਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਇਆ, ਜਿਨ੍ਹਾਂ ਵੱਲੋਂ ਸ਼ਹੀਦ ਸਿੱਖਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਪਹਿਲੀ ਸੰਸਾਰ ਜੰਗ ਦੇ ਸ਼ਹੀਦ ਫੌਜੀਆਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਦਾ ਆਗਾਜ਼ ਚਾਰ ਧਰਮਾਂ ਦੇ ਧਾਰਮਿਕ ਆਗੂਆਂ ਦੀਆਂ ਧਾਰਮਿਕ ਰਸਮਾਂ ਤੋਂ ਬਾਅਦ ਸ਼ੁਰੂ ਹੋਇਆ, ਅਤੇ ਜਿਨ੍ਹਾਂ ਦੀ ਅਗਵਾਈ ਪੰਜ ਸਿੰਘਾਂ ਨੇ ਸ਼੍ਰੀ ਸਾਹਿਬ ਨੂੰ ਨਾਲ ਲੈ ਕੇ ਕੀਤੀ ਅਤੇ ਹਾਜ਼ਰ ਸਿੱਖਾਂ ਨੇ ਬੋਲੇ ਸੋਨੇ ਹਾਲ ਦੇ ਜੈਕਾਰੇ ਵੀ ਲਗਾਏ। ਇਸ ਸ਼ਹੀਦੀ ਸਮਾਗਮ ਵਿੱਚ ਮਿਨਿਸਟਰ ਆਫ ਆਰਮੀ ਫਰਾਂਸ ਅਤੇ ਇਸ ਇਲਾਕੇ ਨਾਲ ਸੰਬੰਧਿਤ 3 ਐਮਪੀਜ਼, 4 ਮੇਅਰ, 5 ਦੇਸ਼ਾਂ ਦੇ ਸਾਬਕਾ ਫੌਜੀ ਜਰਨੈਲ, ਇੰਡੀਅਨ ਗੋਰਖਾ ਕੋਰ ਕਮਾਂਡਰ, ਯੂਕੇ ਦੇ ਸਾਬਕਾ ਫੌਜੀ ਜਰਨੈਲਾਂ ਸਹਿਤ ਫਰਾਂਸ ਦੀਆਂ 3 ਆਰਮੀਆਂ ਦੇ ਸਾਬਕਾ ਉੱਚ ਜਰਨੈਲ ਹਾਜ਼ਰ ਰਹੇ। ਇਟਲੀ ਤੋਂ ਇੰਦਰਜੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ, KTV।